ਦਖਾਲਸ ਟੀਵੀ ਤੇ ਇਸ ਵੇਲੇ ਸਿੰਗੂ ਬਾਰਡਰ ਦੇ ਨਾਲ ਜੁੜੀਆਂ ਹੋਈਆਂ ਦੋ ਤਿੰਨ ਅਹਿਮ ਖਬਰਾਂ ਨੇ ਕੱਲ ਜਿਹੜੇ ਨਿਹੰਗ ਸਿੰਘ ਨੇ ਗ੍ਰਿਫਤਾਰੀ ਦਿੱਤੀ ਸੀ ਉਸ ਨੂੰ ਸਾਦਨਾਂ ਦੇ ਪੁਲਿਸ ਰਿਮਾਨ ਤੇ ਭੇਜ ਦਿੱਤਾ ਗਿਆ ਹੈ ਤੇ ਇੱਕ ਹੋਰ ਨਿਹੰਗ ਸਿੰਘ ਨੇ ਅੱਜ ਗ੍ਰਿਫਤਾਰੀ ਦੇ ਦਿੱਤੀ ਹੈ ਡਿਟੇਲ ਵਿੱਚ ਇਹਨਾਂ ਬਾਰੇ ਦੱਸਣ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਵੱਡੀ ਖਬਰ ਦੱਸ ਦਿੰਨੇ ਆ ਕਿ ਦਿੱਲੀ ਦੇ ਬਾਰਡਰਾਂ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਕੱਲ ਵਾਲੀ ਕਤਲकांड ਦੀ ਘਟਨਾ ਤੋਂ ਬਾਅਦ ਅੱਜ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਹੁੰਚੀ ਹੈ ਅਤੇ ਤੁਰੰਤ ਸੁਣਵਾਈ ਕਰਨ ਦੀ ਅਪੀ ਕੀਤੀ ਹੈ ਉਹਨਾਂ ਪਟੀਸ਼ਨਾਂ ਦੇ ਉੱਤੇ ਜਿਹੜੀਆਂ ਕਹਿੰਦੀਆਂ ਨੇ ਕਿ ਸਿੰਘੂ ਬਾਰਡਰ ਨੂੰ ਖਾਲੀ ਕਰਵਾਇਆ ਜਾਵੇ ਜਿਹੜੀਆਂ ਪਟੀਸ਼ਨਾਂ ਕਹਿੰਦੀਆਂ ਨੇ ਕਿ ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਦੇ ਬਾਰਡਰਾਂ ਤੋਂ ਹਟਾ ਦਿੱਤਾ ਜਾਵੇ ਉਠਾ ਦਿੱਤਾ ਜਾਵੇ ਸਿੰਘੂ ਬਾਰਡਰ ਤੇ ਜਿਹੜੀ ਤਾਜ਼ਾ ਘਟਨਾ ਵਾਪਰੀ ਹੈ ਉਸ ਘਟਨਾ ਦਾ ਹਵਾਲਾ ਦਿੰਦੇ ਹੋਏ ਇਸ ਸਾਲ ਮਾਰਚ ਦੇ ਵਿੱਚ ਜਿਹੜੀ ਜਨਹਿਤ ਪਟੀਸ਼ਨ ਪਾਈ ਗਈ ਹੈ ਉਸ ਦੀ ਸੁਣਵਾਈ ਦੇ ਲਈ ਤਾਜ਼ਾ ਅਰਜ਼ੀ ਹੈ ਜਿਹੜੀ ਉਹ ਪਾਈ ਗਈ ਹੈ ਯਾਨੀ ਕਿ ਪਹਿਲਾਂ ਤੋਂ ਹੀ ਸੁਣਵਾਈ ਚੱਲ ਰਹੀ ਹੈ ਮਾਰਚ ਦੇ ਵਿੱਚ ਜਨਹਿਤ ਪਟੀਸ਼ਨ ਪਾਈ ਗਈ ਸੀ ਕਿ ਦਿੱਲੀ ਦੇ ਜਿਹੜੇ ਦਿੱਲੀ ਤੇ ਹਰਿਆ ਆਦੇ ਨਾਲ ਲੱਗਦੇ ਬਾਰਡਰ ਹੈਗੇ ਨੇ ਉੱਥੇ ਕਿਸਾਨ ਮੋਰਚਾ ਲਾ ਕੇ ਬੈਠੇ ਨੇ ਉਹ ਬਾਰਡਰ ਖਾਲੀ ਕਰਵਾਏ ਜਾਣ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਹੁਣ ਅੱਜ ਪਟੀਸ਼ਨ ਪਹੁੰਚ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਕਿ ਜਿਹੜੀ ਪਟੀਸ਼ਨ ਪਾਈ ਗਈ ਹੈ ਬਾਰਡਰ ਖਾਲੀ ਕਰਵਾਉਣ ਦੀ ਉਸ ਤੇ ਤੁਰੰਤ ਅਤੇ ਤੇਜ਼ ਕਾਰਵਾਈ ਕੀਤੀ ਜਾਵੇ ਇਹ ਇੱਕ ਅਹਿਮ ਪਹਿਲੀ ਅਪਡੇਟ ਹੈ ਦੂਸਰੀ ਅਹਿਮ ਅਪਡੇਟ ਇਹ ਹੈ ਕਿ ਜਿਹੜੀ ਸਿੰਘੂ ਬਾਰਡਰ ਤੇ ਕਤਲ ਹੋਇਆ ਹੈ ਉਸ ਦੇ ਖਿਲਾਫ 15 ਦਲਿਤ ਜਥੇਬੰਦੀਆਂ ਨੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਮੰਗ ਪੱਤਰ ਸੌਂਪਿਆ ਹੈ ਸਖਤ ਸਜ਼ਾ ਦੀ ਮੰਗ ਕੀਤੀ ਹੈ ਦੋਸ਼ੀਆਂ ਦੇ ਲਈ ਜਿਨ੍ਹਾਂ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ 15 ਜਿਹੜੇ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ 올 ਇੰਡੀਆ ਖਾਟੀਕ ਸਮਾਜ 올 ਇੰਡੀਆ ਬੇਰਵਾ ਵਿਕਾਸ ਸੰਗ ਧਨਕ ਕਲਿਆਣ ਸੰਗ ਅਤੇ ਦਲਿਤ ਕਰਮਚਾਰੀਆਂ ਅਤੇ ਪੇਸ਼ੇਵਰਾਂ ਦੇ ਦੀਆਂ ਹੋਰ ਸੰਸਥਾਵਾਂ ਸ਼ਾਮਿਲ ਨੇ ਉਹਨਾਂ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਮੰਗ ਪੱਤਰ ਸੌਂਪ ਕੇ ਦੋਸ਼ੀਆਂ ਦੇ ਲਈ ਸਖਤ ਸਜ਼ਾ ਦੀ ਮੰਗ ਕੀਤੀ ਹੈ ਸੋ ਇਸ ਖਬਰ ਦੇ ਵਿੱਚੋਂ ਜਿਹੜੀ ਸਿਆਸਤ ਦੀ ਬਦ ਉਹ ਜ਼ਿਆਦਾ ਹੁੰਦੀ ਹੈ ਕਿਉਂਕਿ ਵਿਜੇ ਸਾਮਪਲਾ ਨੇ ਘਟਨਾ ਵਾਲੇ ਦਿਨ ਹੀ ਇਹ ਬਿਆਨ ਦੇ ਦਿੱਤਾ ਸੀ ਕਿ ਇੱਕ ਦਲਿਤ ਨੂੰ ਮਾਰਿਆ ਗਿਆ ਹੈ ਇੱਕ ਦਲਿਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਯਾਨੀ ਕਿ ਜਾਤ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਲੜਾਉਣ ਦੀ ਜਿਹੜੀ ਕੋਸ਼ਿਸ਼ ਹੈ ਤੇ ਉਸ ਤੋਂ ਦੂਸਰੇ ਦਿਨ 15 ਜਥੇਬੰਦੀਆਂ ਨੇ ਜਿਹੜੀਆਂ ਵਿਜੇ ਸਾਪਲਾ ਨੂੰ ਹੀ ਚਿੱਠੀ ਦੇ ਕੇ ਮੰਗ ਕਰ ਰਹੀਆਂ ਨੇ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤੇ ਇਸ ਤੋਂ ਇੱਕ ਦਿਨ ਪਹਿਲਾਂ ਘਟਨਾ ਵਾਪਰਨ ਵਾਲੇ ਦਿਨ ਹੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਪਲਾ ਨੇ ਹਰਿਆਣਾ ਪੁਲਿਸ ਤੋਂ ਇਸ ਘਟਨਾ ਸੰਬੰਧੀ 24 ਘੰਟਿਆਂ ਦੇ ਅੰਦਰ-ਅੰਦਰ ਰਿਪੋਰਟ ਮੰਗ ਲਈ ਸੀ ਸਾਪਲਾ ਨੇ ਕਿਹਾ ਸੀ ਕਿ ਮਰਤਕ ਲਖਬੀਰ ਸਿੰਘ ਅਨੁਸੂਚਿਤ ਜਾਤੀ ਭਾਇਚਾਰੇ ਤੋਂ ਸੀ ਤੇ ਉਸ ਦੇ ਕਤਲ ਲਈ ਜ਼ਿੰਮੇਦਾਰ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੋ ਹਰਿਆਣਾ ਪੁਲਿਸ ਵੀ ਵਿਜੇ ਸਾਹਮਪਲਾਂ ਨੂੰ ਆਪਣੀ ਰਿਪੋਰਟ 24 ਘੰਟਿਆਂ ਦੇ ਵਿੱਚ ਸੌਂਪਣ ਦੇ ਲਈ پابੰਦ ਹੈ ਤੇ ਹੁਣ ਉਹਨਾਂ ਦੋਵੇਂ ਨਿਹੰਗ ਸਿੰਘਾਂ ਬਾਰੇ ਜਾਣਕਾਰੀ ਦਿੰਨੇ ਆ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ ਜਾਂ ਕਹਦੇ ਕਿ ਜਿਨ੍ਹਾਂ ਨੇ ਗ੍ਰਿਫਤਾਰੀ ਦਿੱਤੀ ਹੈ ਇਸ ਕਤਲकांड ਤੋਂ ਬਾਅਦ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰਬਜੀਤ ਸਿੰਘ ਦੀ ਜਿਨ੍ਹਾਂ ਨੇ ਕੱਲ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਸਿੰਘੂ ਬਾਰਡਰ ਤੇ ਆਪਣੀ ਗ੍ਰਿਫਤਾਰੀ ਦੇ ਦਿੱਤੀ ਸੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 7 ਦਿਨਾਂ ਪੁਲਿਸ ਰਿਮਾਨ ਤੇ ਅਦਾਲਤ ਨੇ ਭੇਜ ਦਿੱਤਾ ਹੈ ਤੇ ਇਸ ਦਰਮਿਆਨ ਜਦੋਂ ਪੁਲਿਸ ਨਿਹੰਗ ਸਿੰਘ ਨੂੰ ਅਦਾਲਤ ਤੋਂ ਬਾਹਰ ਲਿਆ ਰਹੀ ਸੀ ਤਾਂ ਉਸ ਵੇਲੇ মিডিਆ ਇਸ ਖਬਰ ਦੀ ਕਵਰੇਜ ਕਰਨ ਲਈ ਪਹੁੰਚਿਆ ਹੋਇਆ ਸੀ মিডিਆ ਦੇ ਇੱਕ ਮਾਈਕ ਦੀ ਤਾਰ ਦੇ ਵਿੱਚ ਦਸਤਾਰ ਉਲਝ ਗਈ ਸਰਬਜੀਤ ਸਿੰਘ ਦੀ ਦਸਤਾਰ ਲੈਣ ਲੱਗੀ ਸੀ ਤਾਂ ਉਹਨਾਂ ਨੇ ਖੁਦ ਹੀ ਫੜ ਕੇ ਸਾਰੀ ਦਸਤਾਰ ਲਾ ਦਿੱਤੀ ਤੇ ਇੱਕਦਮ ਤੈਸ਼ ਦੇ ਵਿੱਚ ਆ ਗਈ ਯਾਨੀ ਕਿ ਤਾਰ ਦੇ ਵਿੱਚ ਫਸ ਕੇ ਦਸਤਾਰ ਉਤਰ ਗਈ ਸੀ ਉੱਤਰ ਦੀ ਉੱਤਰ ਦੀ ਬਚੀ ਪਰ ਉਹਨਾਂ ਨੇ ਫਿਰ ਇੱਕਦਮ ਗੁੱਸੇ ਦੇ ਵਿੱਚ ਆ ਕੇ ਕਿਉਂਕਿ ਇੱਕਦਮ ਜਜ਼ਬਾਤ ਬੰਦੇ ਦੇ ਉੱਠ ਖੜਦੇ ਨੇ ਜਦੋਂ ਕੋਈ ਵੀ ਧਾਰਮਿਕ ਤੌਰ ਤੇ ਤੁਹਾਨੂੰ ਹਮ ਕਰਨ ਦੀ ਕੋਸ਼ਿਸ਼ ਕਰੇ ਹਾਲਾਂਕਿ ਇੱਥੇ ਕਿਸੇ ਦੀ ਕੋਈ ਗਲਤੀ ਨਹੀਂ ਸੀ ਸਿਰਫ ਮਾਈਕ ਦੇ ਵਿੱਚ ਦਸਤਾਰ ਫਸੀ ਸੀ ਪਰ ਉਹਨਾਂ ਨੇ ਕਾਫੀ ਕਹਿੰਦੇ ਬੁਰਾ ਭਲਾ ਵੀ ਬੋਲਿਆ ਤੇ ਅਗਲੀ ਅਹਿਮ ਜਾਣਕਾਰੀ ਨਿਹੰਗ ਨਾਰਾਇਣ ਸਿੰਘ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਦੂਸਰੀ ਗ੍ਰਿਫਤਾਰੀ ਦਿੱਤੀ ਹੈ ਅਰਦਾਸ ਕਰਕੇ ਜੰਡੇਆਲਾ ਗੁਰੂ ਦੇ ਪਿੰਡ ਅਮ ਕਰ ਕੋਟ ਤੋਂ ਆਪਣੀ ਗ੍ਰਿਫਤਾਰੀ ਦਿੱਤੀ ਹੈ ਦਾ ਅਸਲ ਨਾਰਾਇਣ ਸਿੰਘ ਕਤਲकांड ਜਿਹੜਾ ਸਿੰਗੂ ਬਾਰਡਰ ਤੇ ਹੋਇਆ ਉਸ ਤੋਂ ਬਾਅਦ ਆਪਣੇ ਪਿੰਡ ਵਾਪਸ ਪਰਤ ਆਇਆ ਸੀ ਪਰ ਜਾਣਕਾਰੀ ਉਹਨਾਂ ਦੇ ਦੱਸਣ ਦੇ ਮੁਤਾਬਿਕ ਇਹ ਉਹ ਸਿੰਗੂ ਬਾਰਡਰ ਤੋਂ ਭੱਜ ਕੇ ਨਹੀਂ ਆਏ ਸੀ ਬਲਕਿ ਇੱਥੇ ਸਚਕਣ ਸਿੱਧੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਏ ਸੀ ਤੇ ਜਿਵੇਂ ਪਤਾ ਲੱਗਿਆ ਕਿ ਨਿਹੰਗ ਨਾਰਾਇਣ ਸਿੰਘ ਆਪਣੇ ਪਿੰਡ ਆਏ ਨੇ ਤਾਂ ਪੁਲਿਸ ਨੇ ਪੂਰੇ ਪਿੰਡ ਨੂੰ ਘੇਰਾ ਪਾ ਲਿਆ ਸੀ ਗ੍ਰਿਫਤਾਰੀ ਤੇ ਵੀ ਕਈ ਸਵਾਲ ਉੱਠੇ ਕਿ ਅੰਮ੍ਰਿਤਸਰ ਤੋਂ ਗ੍ਰਿਫਤਾਰੀ ਕਿਉਂ ਹੋਈ ਹੈ ਤਾਂ ਨਾਰਾਇਣ ਸਿੰਘ ਨੇ ਇਹ ਦੱਸਿਆ ਕਿ ਜੇਲ੍ਹ ਜਾਣ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਾ ਚਾਹੁੰਦੇ ਸੀ ਪਰ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਸੀ ਜਿਸ ਕਰਕੇ ਘਰੋਂ ਬਾਹਰ ਨਹੀਂ ਨਿਕਲ ਸਕੇ ਇਸ ਕਰਕੇ ਪਿੰਡ ਦੇ ਗੁਰੂ ਘਰ ਦੇ ਵਿੱਚ ਹੀ ਅਰਦਾਸ ਕਰਕੇ ਤੇ ਨਿਹੰਗ ਸਿੰਘ ਜਿਹੜੇ ਮੌਕੇ ਤੇ ਮੌਜੂਦ ਸੀ ਉਹਨਾਂ ਨੇ ਨਰੈਣ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਸ ਤੋਂ ਬਾਅਦ ਨਿਰੰਜਨ ਸਿੰਘ ਨੂੰ ਪੁਲਿਸ ਆਪਣੇ ਨਾਲ ਹਿਰਾਸਤ ਦੇ ਵਿੱਚ ਲੈ ਗਿਆ